ਸਤਿ ਸ਼੍ਰੀ ਅਕਾਲ ਜੀ। ਅੱਜ ਲੈ ਕੇ ਆਏ ਆਪਾਂ 29, 30 ਅਤੇ 31 ਮਈ ਦੇ ਕਰੰਟ ਅਫੇਅਰ। ਤਾਂ ਸਟਾਰਟ ਕਰਦੇ ਹਾਂ। ਪਹਿਲਾ ਹੈਗਾ, ਇੱਕ ਸੀਜ਼ਨ ਵਿੱਚ 3 ਵਾਰ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੇ ਦਾ ਕੀ ਨਾਮ ਹੈ? ਨੇਪਾਲੀ ਪੂਰਨਿਮਾ ਸ਼੍ਰੇਸ਼ਠ, ਨਿਊ ਪੀਐਮ ਆਫ ਚਾਂਡ ਅਲਾ ਮੇ ਹਲੀਨਾ। ਕਿਸ ਦੇਸ਼ ਨੇ 2012 ਤੋਂ ਬਾਅਦ ਸੀਰੀਆ ਲਈ ਰਾਜਦੂਤ ਨਿਯੁਕਤ ਕੀਤਾ? ਸਾਊਦੀ ਅਰੇਬੀਆ। ਨਾਮ ਕੀ ਉਹਨਾਂ ਦਾ? ਫੈਜ਼ਲ ਅਲ ਮੁਜਫੇਲ। ਕਿਸ ਦੇਸ਼ ਵਿੱਚ ਜ਼ਮੀਨ ਖਿਸਕਣ ਦੇ ਨਾਲ 670 ਤੋਂ ਵੱਧ ਲੋਕ ਮਰੇ? ਪਾਪੂਆ ਨਿਊ ਗਿਨੀ। ਇੰਡੀਆ ਨੇ $1 ਮਿਲੀਅਨ ਦੀ ਸਹਾਇਤਾ ਪ੍ਰਦਾਨ ਕੀਤੀ ਉਹਨਾਂ ਨੂੰ। ਕੈਪੀਟਲ ਇਹਦੀ ਕਿਹੜੀ ਹੈ? ਪੋਰਟ ਮੋਰਸਲੇ। WHO ਔਰਗਨਾਈਜ਼ਡ ਵਾਕ ਟੂ ਟਾਕ ਯੋਗਾ ਸੈਸ਼ਨ ਪ੍ਰੋਗਰਾਮ ਇਨ ਜਨੇਵਾ। ਅਗਲਾ ਹੈਗਾ ASMPAR, ਇੱਕ ਮਿਜ਼ਾਈਲ ਹੈ, ਨਿਊਕਲੀਅਰ ਏਅਰ ਲਾਂਚਡ ਕਰੂਜ਼ ਮਿਜ਼ਾਈਲ ਹੈ। ਕਿਹਦੀ? ਫਰਾਂਸ ਦੀ। ਅਗਲਾ ਹੈਗਾ KIA ਬੈਗਸ, ਗ੍ਰੀਨ ਏਅਰਪੋਰਟ ਰੈਕੋਗਨੀਸ਼ਨ 2024 ਅਵਾਰਡ ਮਿਲਿਆ ਇਹਨੂੰ। KIA ਹੈ ਕੀ ਆ? ਕੇਮ ਪੇਗੋੜਾ ਇੰਟਰਨੈਸ਼ਨਲ ਏਅਰਪੋਰਟ। ਇਹਨਾਂ ਦੀਆਂ ਮਤਲਬ 4 ਕੈਟਾਗਰੀਆਂ ਨੇ। ਇੱਕ ਤਾਂ ਪਹਿਲੀ ਹੋ ਗਈ ਆਹ ਗ੍ਰੀਨ, ਦੂਜੀ ਫਿਰ ਪਲੈਟੀਨਮ, ਫਿਰ ਗੋਲਡ ਅਤੇ ਸਿਲਵਰ। ਅਗਲਾ ਹੈਗਾ ਫਸਟ ਹਾਈਡਰੋਜਨ ਪਲਾਂਟ ਟੂ ਗਾਲ ਇਨ ਔਰਗਨਾਈਟਡ ਇਨ ਵਿਜੇਪੁਰ, ਮੱਧ ਪ੍ਰਦੇਸ਼ ਦੇ ਵਿੱਚ ਇਹ ਔਰਗਨਾਈਜ਼ਡ ਕੀਤਾ ਗਿਆ ਹੈ। ਇਨੋਗਰੇਟਡ, ਇਕੱਠਾ ਹੈ ਸ਼ਬਦ ਇਨੋਗਰੇਟਡ, ਕਿਹੜਾ? ਫਸਟ ਹਾਈਡਰੋਜਨ ਪਲਾਂਟ। ਅਗਲਾ ਹੈਗਾ ਜਨਵਰੀ ਮਾਰਚ 2024 ਦੀ ਤਿਮਾਹੀ ਵਿੱਚ ਕੇਰਲ ਨੌਜਵਾਨ ਬੇਰੁਜ਼ਗਾਰੀ ਦਰ ਵਿੱਚ 34 ਦਾ ਰਾਜ ਹੈ, ਸਭ ਤੋਂ ਉੱਚ ਜਿਹੜੀ ਫਸਟ ਨੰਬਰ 'ਤੇ ਸਟੇਟ ਹੈ ਜਿੱਥੇ ਬੇਰੁਜ਼ਗਾਰੀ ਦਰ ਹੈ ਨੌਜਵਾਨੀ ਦੀ, ਉਹ ਕੇਰਲ ਹੈ। ਆਰਮੀ ਚੀਫ ਜਿਹੜੇ ਨੇ ਜਨਰਲ ਮਨੋਜ ਪਾਂਡੇ, ਉਹਨਾਂ ਨੂੰ 1 ਮਹੀਨੇ ਦੀ ਐਕਸਟੈਂਸ਼ਨ ਮਿਲੀ ਹੈ। DRDO ਦੇ ਜਿਹੜੇ ਚੀਫ ਨੇ ਡਾਕਟਰ ਸਮੀਰ ਵੀ ਕਮਥ, ਉਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ ਮਿਲੀ ਹੈ। ਚੀਨ, ਜਪਾਨ, ਦੱਖਣੀ ਕੋਰੀਆ ਨੇ ਸਿਓਲ ਕੀ ਹੈ? ਸਾਊਥ ਕੋਰੀਆ ਦੀ ਰਾਜਧਾਨੀ ਹੈ, ਵਿੱਚ 9ਵੇਂ ਤਿਕੋਣੀ ਸੰਮੇਲਨ ਦਾ ਆਯੋਜਨ ਕੀਤਾ। ਅਗਲਾ ਹੈਗਾ ਜੀ ਚਾਰਲਸ ਲੈਕਲਰਕ ਨੇ ਮੋਨਾਕੋ ਗ੍ਰੈ ਪੀ ਟ੍ਰਾਇਡ ਨਾਲ ਇਤਿਹਾਸ ਸਿਰਜਿਆ, ਮਤਲਬ ਉਹਨੇ ਜਿਹੜੀ ਰੇਸਿੰਗ ਹੈ ਉਹਦੇ ਵਿੱਚ ਮੋਨਾਕੋ ਦੇ ਵਿੱਚ ਇਤਿਹਾਸ ਸਿਰਜਿਆ, ਮਤਲਬ ਉਹ ਬਹੁਤ ਟਾਈਮ ਬਾਅਦ ਦੂਜਾ ਮਤਲਬ ਰੇਸਰ ਹੈ ਜਿਹਨੇ ਇਹ ਜਿੱਤਿਆ ਅਵਾਰਡ ਮੋਨਾਕੋ ਦਾ। ਅਗਲਾ ਹੈਗਾ ਗਾਨਾ ਪਾਰਟਨਰਸ ਵਿਦ ਰਿਲਾਇੰਸ ਜੀਓ ਆਮ ਐਂਡ ਅਦਰ ਫੋਰ ਟੈਲੀਕਾਮ ਇਨਫਰਾਸਟਰਕਚਰ, ਠੀਕ ਹੈ ਜੀ। ਵੀ ਗਾਨਾ ਨੇ ਰਿਲਾਇੰਸ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ, ਕਾਹਦੇ ਲਈ? ਟੈਲੀਕਾਮ ਇਨਫਰਾਸਟਰਕਚਰ ਦੇ ਲਈ। ਡੈਲੀ ਦਾ ਜਿਹੜਾ ਟੈਂਪਰੇਚਰ ਆ 52.3 ਡਿਗਰੀ ਹੋਇਆ ਹੁਣ ਤੱਕ ਦਾ ਸਭ ਤੋਂ ਵੱਧ ਰਿਹਾ ਇਹ। ਵਿੱਚ ਕੰਟਰੀ ਰਿਮੂਵ ਤਾਈਵਾਨ ਫਰੋਮ ਟੈਰਰ, ਮਤਲਬ ਕਿਹੜੀ ਕੰਟਰੀ ਨੇ ਤਾਈਵਾਨ ਨੂੰ ਟੈਰਰ ਆਤੰਕਵਾਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ? ਕਿਹੜੀ ਆ ਉਹ? ਰਸ਼ੀਆ। ਡਰੋਨ ਵਾਲ ਅਗੇਂਸਟ ਰਸ਼ੀਆ,
ਰਸ਼ੀਆ ਦੇ ਅਗੇਂਸਟ ਡਰੋਨ ਵਾਲ ਕਿਹੜੇ 6 ਨੇ ਨਾਟੋ ਕੰਟਰੀ ਬਣਾ ਰਹੇ ਨੇ? ਲੁਥੀਨੀਆ, ਲਤਾਵੀਆ, ਐਮਟੋਨੀਆ, ਪੋਲੈਂਡ, ਫਿਨਲੈਂਡ ਅਤੇ ਨਾਰਵੇ। ਨਾਰਵੇ ਤੋਂ ਲੈ ਕੇ ਪੋਲੈਂਡ ਤੱਕ ਇਹ ਬਣਨੀ ਹੈ। ਨਾਟੋ ਦੇ 32 ਮੈਂਬਰ ਨੇ। ਨਵੇਂ ਕਿਹੜੇ ਕਿਹੜੇ ਨੇ? ਸਵੀਡਨ 2024 'ਚ ਬਣਿਆ ਅਤੇ ਫਿਨਲੈਂਡ 2023 'ਚ ਬਣਿਆ। ਹੈੱਡਕੁਆਟਰ ਵੀ ਲਿਖਿਆ ਹੋਇਆ ਆਪਾਂ ਬੈਲਜੀਅਮ 'ਚ। ਅਗਲਾ ਹੈਗਾ, ਕਿਸ ਦੇਸ਼ ਨੇ ਡਿਵੋਰਸ ਨੂੰ ਲੀਗਲਾਈਜ਼ ਕੀਤਾ? ਫਿਲੀਪੀਨਸ। ਪ੍ਰਗਤੀ ਜਿਹੜੀ ਹੈ 2024 ਇਹ ਕੀ ਹੈ, ਕਿਹਦੇ ਦੁਆਰਾ ਸ਼ੁਰੂ ਕੀਤੀ ਗਈ? ਸੈਂਟਰਲ ਕੌਂਸਲ ਫੋਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਸ। ਪਹਿਲਾ ਪਰਸਨ ਟੂ ਰੀਚ ਮਾਊਂਟ ਐਵਰੈਸਟ ਐਂਡ ਮਾਊਂਟ ਲਹੋਤਸੇ ਇਨ ਵਨ ਸੀਜ਼ਨ ਟਵਾਈਸ। ਦੋ ਵਾਰ ਕੌਣ ਚੜ੍ਹਿਆ? ਸਤਿਆਦੀਪ ਗੁਪਤਾ। ਫਸਟ ਇੰਡੀਅਨ ਟੂ ਕਰੋਸ, ਮਤਲਬ ਇਹ ਪਹਿਲਾ ਇੰਡੀਅਨ ਹੈ ਜਿਹਨੇ 11 ਘੰਟੇ 15 ਮਿੰਟ 'ਚ ਇਹਨੂੰ ਕਰੋਸ ਕੀਤਾ ਦੋਨਾਂ ਨੂੰ। ਨਾਰ ਵੈਸਟਰ ਦਾ ਅਧਿਐਨ ਕਰਨ ਵਾਲਾ ਭਾਰਤ ਦਾ ਪਹਿਲਾ ਖੋਜ ਕੇਂਦਰ ਕਿੱਥੇ ਬਣਿਆ? ਉੜੀਸਾ ਦੇ ਵਿੱਚ ਭਦਰਕ ਜ਼ਿਲ੍ਹੇ ਦੇ ਚੰਦ ਬਲੀਜ। ਹਾਫ ਆਫ ਦਾ ਵਰਲਡ ਰੇਂਜ ਹਾਫ ਆਫ ਦਾ ਵਰਲਡਸ ਰੇਂਜ ਲੈਂਡਸ ਆਰ ਡੀਗ੍ਰੇਡਡ। ਕਿਹਨੇ ਕਿਹਾ? UNCCD ਨੇ। ਅਗਲਾ ਹੈਗਾ, ਫਸਟ ਇੰਗਲਿਸ਼ ਪਲੇਅਰ ਟੂ ਮੇਕ 3000 T20 ਰਨ, ਜੋਸ ਬਟਲਰ। ਸਭ ਤੋਂ ਵੱਧ ਅੱਜ ਦੇ ਟਾਈਮ 'ਚ ਜੇ ਅੱਜ ਦੀ ਗੱਲ ਕਰੀਏ ਸਭ ਤੋਂ ਵੱਧ ਬਾਬਰ ਆਜਮ ਦੇ ਨੇ। ਦੂਜੇ ਨੰਬਰ 'ਤੇ ਵਿਰਾਟ ਕੋਹਲੀ ਹੈ। ਹੁਣ ਮੈਚ ਹੈਗਾ, ਜੇ ਉਹ 'ਚ ਵਿਰਾਟ ਕੋਹਲੀ ਰਨ ਮਾਰੂਗਾ ਤਾਂ ਉਹ ਪਹਿਲੇ ਨੰਬਰ 'ਤੇ ਆਜੂਗਾ। ICC ਪਲੇਅਰ ਆਫ ਦਾ ਮੰਥ ਮੈਨ ਕਿਹਨੂੰ ਮਿਲਿਆ ਹੈ? ਮੁਹੰਮਦ ਵਸੀਮ ਨੂੰ UAE ਦਾ, ਅਤੇ ਵੁਮੈਨ ਹੈਲੀ ਮੈਥਿਊਜ਼ ਵੈਸਟ ਇੰਡੀਜ਼ ਦੀ। ਅੱਗੇ ਹੈਗਾ, ਸ਼ਾਰਜਾ ਚੈੱਸ ਚੈਲੇਂਜਰ ਟਾਈਟਲ ਕਿਹਨੇ ਜਿੱਤਿਆ? ਦਿਵਿਆ ਦੇਸ਼ਮੁਖ ਨੇ। ਅਗਲਾ ਹੈਗਾ, 2023 UN ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਅਵਾਰਡ ਕਿਹਨੂੰ ਜਿੱਤਿਆ? ਮੇਜਰ ਰਾਧਿਕਾ ਸੇਨ। RBI ਲਾਂਚਿਸ ਪ੍ਰਵਾਹ ਪੋਰਟਲ ਐਂਡ ਮੋਬਾਈਲ ਐਪ ਫੋਰ ਗੌਰਮੈਂਟ ਸੈਕਟਰ ਟ੍ਰੇਡਿੰਗ। ਅੱਗੇ ਹੈਗਾ, ਵਿਕਾਸੀ ਵਿਸਾਗਮ ਇਹ ਫੈਸਟੀਵਲ ਕਿੱਥੇ ਦਾ ਏ? ਤਿਰੂਚੇਦੁਰ, ਤਮਿਲਨਾਡੂ। ਵਰਲਡ ਨੋ ਤੰਬਾਕੂ ਡੇ ਕਦੋਂ ਹੁੰਦਾ? 31 ਮਈ ਨੂੰ। 30 ਮਈ ਨੂੰ ਗੋਆ ਜਿਹੜੀ ਸਟੇਟ ਡੇ ਹੁੰਦਾ ਹੈ, ਗੋਆ 30 ਮਈ 1987 ਨੂੰ ਸਟੇਟ ਬਣੀ। ਇਸ ਤੋਂ ਪਹਿਲਾਂ ਗੋਆ ਦਮਨ ਐਂਡ ਦਿਊ ਨਾਲ UT ਸੀਗੀ। ਗੋਆ ਪੁਰਤਗਾਲੀ ਕਲੋਨੀ ਸੀਗੀ ਜਿਸ ਨੂੰ 1961 ਵਿੱਚ ਭਾਰਤ ਨੇ ਆਜ਼ਾਦ ਕਰਾਇਆ। ਇੰਡੀਅਨ ਆਰਮੀ ਨੇ ਓਪਰੇਸ਼ਨ ਵਿਜੇ December 1961 ਗੋਆ 'ਤੇ ਕੀਤਾ। ਅਫੀਸ਼ੀਅਲ ਲੈਂਗੁਏਜ ਇਹਦੀ ਕਿਹੜੀ ਹੈ? ਕੌਨਕਨੀ। 18ਵੀਂ ਲੋਕ ਸਭਾ ਜਿਹੜੀ ਹੈ 7 ਪੜਾਵਾਂ ਦੇ ਵਿੱਚ ਹੋਈ। ADB ਬੈਂਕ ਨੇ ਭਾਰਤ ਨੂੰ $2.6 billion ਦਾ ਕਰਜ਼ਾ ਮਨਜ਼ੂਰ ਦਿੱਤੀ। ਫਸਟ ਸਿੱਖ ਕਪਲ ਟੂ ਰੀਚ ਮਾਊਂਟ ਐਵਰੈਸਟ ਕੌਣ ਹੈ? ਇਹ NRI ਨੇ, ਹੈਗੇ ਇੰਡੀਆ ਦੇ ਹੀ ਨੇ, ਮਤਲਬ US ਦੇ ਸਿਟੀਜ਼ਨ ਨੇ। 47 ਸਾਲ ਦੇ ਹਰਪ੍ਰੀਤ ਸਿੰਘ ਚੀਮਾ ਅਤੇ ਉਹਨਾਂ ਦੀ ਵਾਈਫ ਨਵਨੀਤ ਕੌਰ ਚੀਮਾ। ਚੇਨਈ ਦੇ ਨੇੜੇ ਭਾਰਤ ਦੇ ਪਹਿਲੇ ਮਲਟੀ ਮੋਲਡ ਲੋਜਿਸਟਿਕ ਪਾਰਕ ਦਾ ਨਿਰਮਾਣ ਕੌਣ ਕਰੂਗਾ? ਰਿਲਾਇੰਸ ਇੰਡਸਟਰੀਜ਼। ਅਗਲਾ ਹੈਗਾ, ਕਿਸ ਸਟੇਟ ਨੇ ਤੰਬਾਕੂ ਗੁਟਖਾ ਉਤਪਾਦਨਾਂ ਦੀ ਵਿਕਰੀ, ਉਤਪਾਦਨ ਅਤੇ ਵੰਡ 'ਤੇ ਪਾਬੰਦੀ ਲਾ ਦਿੱਤੀ? ਤੇਲੰਗਾਨਾ। IIT ਬੰਬੇ TCS ਮਿਲ ਕੇ ਇੰਡੀਆ ਦਾ ਫਸਟ ਕੁਆਂਟਮ ਡਾਇਮੰਡ ਮਾਈਕਰੋਚਿਪ ਬਣਾਉਣਗੇ। ਅਗਲਾ ਹੈਗਾ, SpaceX ਲਾਂਚ ਨੈਕਸਟ ਜਨਰੇਸ਼ਨ US ਸਪਾਏ ਸੈਟੇਲਾਈਟ।
ਭਾਰਤ ਨੇ ਰੁਦਰਮ 2 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। IIT ਭੁਵਨੇਸ਼ਵਰ ਨੇ ਸਟੱਡੀ ਕੀਤੀ ਕਿ ਸ਼ਹਿਰੀਕਰਨ ਭਾਰਤੀ ਸ਼ਹਿਰਾਂ ਵਿੱਚ ਰਾਤ ਦੇ ਸਮੇਂ ਗਰਮੀ ਵਧਾਉਂਦਾ ਹੈ। NAFED ਦੇ ਚੇਅਰਮੈਨ ਕੌਣ ਨੇ? ਜੇਠਾ ਆਹੀਰ। ਇਹਦੀ ਫੁੱਲ ਫਾਰਮ ਜ਼ਰੂਰ ਦੱਸਿਓ। UN ਅਵਾਰਡ ਫਾਰ ਨਾਇਕ, UN ਦਾ ਜਿਹੜਾ UN ਅਵਾਰਡ ਕਿਹਨੂੰ ਦਿੱਤਾ? ਇਹ ਨਾਇਕ ਧਨੰਜੇ ਕੁਮਾਰ ਸਿੰਘ, ਜਿਹੜੇ ਕਿ UN ਮਿਸ਼ ਜਿਹੜੇ ਕਿ ਕਾਂਗੋ ਮਿਸ਼ਨ 'ਤੇ ਸੀਗੇ, ਉਹਨਾਂ ਦੀ ਡੈਥ ਹੋ ਗਈ ਸੀਗੀ। ਰਿਲਾਇੰਸ ਪਲੱਸ ਨੇਲ, ਜਿਹੜੀ ਨੋਰਵੇ ਦੇ ਨੇ, ਨੋਰਵੇ ਦੀ ਕੰਪਨੀ ਹੈ, ਇਹ ਨਵੇਂ ਐਨਰਜੀ ਇਨਵੈਸਟਮੈਂਟ ਦੇ ਲਈ ਆਪਸ ਦੇ ਵਿੱਚ ਇਹਨਾਂ ਨੇ ਸਾਂਝ ਕੀਤੀ ਹੈ। ਇਹ ਆਪਣੇ 3 ਦਿਨ ਦੇ ਕਰੰਟ ਅਫੇਅਰ ਨੇ। ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ, ਲਾਈਕ ਕਰਿਓ। ਧੰਨਵਾਦ।